ਸੋ ਗਾਇਜ਼ ਆਪਾਂ ਫਾਈਨਲੀ ਲੋਕੇਸ਼ਨ ਤੇ ਪਹੁੰਚ ਗਏ ਆ। ਸੋ ਆਏ ਆ ਜੀ ਕੋਠਾ ਮਿੱਤਰੋ, ਜਿੱਥੇ ਇਹਨਾਂ ਲਾਸਟ ਰੋਟੀ ਖਾਧੀ ਸੀ ਉਹਨਾਂ ਨੇ, ਤੇ ਵਾਲੇ ਘਰ ਚ ਦੂਜਾ ਸੀਗਾ ਵਿਆਹ ਸੀ, ਲਾਸਟ ਅਖਾੜਾ ਉੱਥੇ ਸੀਗਾ। ਆ ਜੀ ਥਾਂ ਆ ਜਿੱਥੇ ਨਾ ਗੋਲੀ ਵੱਜੀ ਸੀਗੀ, ਹੈ ਨਾ ਗੱਡੀ 'ਚ ਉਤਰੇ ਸੀਗੇ ਨਾਲੇ ਗੋਲੀਆਂ ਚੱਲ ਪਈਆਂ ਸੀ। ਸੋ ਇੱਥੇ ਜੀ ਸਟੇਜ ਲੱਗੀ ਸੀ, ਮੈਂ ਫੋਟੋ ਸਕਰੀਨ 'ਤੇ ਤੁਹਾਨੂੰ ਸ਼ੋਅ ਹੁੰਦੀ ਹੋਣੀ। ਸੋ ਇੱਧਰ ਅੰਦਰ ਮੈਂ ਤੁਹਾਨੂੰ ਦੇਖ, ਆਹ ਤੁਸੀਂ ਦੇਖ ਸਕਦੇ ਹੋ ਅੰਦਰੋਂ ਕੁਛ ਇੱਦਾਂ ਦਾ ਅੰਦਰੋਂ। ਸੋ ਹੁਣ ਆਪਾਂ ਚੱਲੇ ਹਾਂ ਜੀ ਘਰ ਨੂੰ, ਟਾਈਮ ਹੋ ਗਿਆ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ, ਹੋ ਕਿ ਤੁਸੀਂ ਸਾਰੇ ਵਧੀਆ ਹੋਵੋਗੇ। ਅਤੇ ਗਾਈਸ ਸਵਾਗਤ ਹੈ ਜੀ ਇੱਕ ਹੋਰ ਨਵੇਂ ਵਲੌਗ ਦੇ ਵਿੱਚ, ਟਾਈਟਲ ਥੰਬਨੇਲ ਤੁਸੀਂ ਦੇਖ ਲਿਆ ਹੈ ਨਾ। ਸੋ ਅੱਜ ਆਪਾਂ ਚੱਲੇ ਹਾਂ ਜੀ ਮੈਸੋਪੁਰ, ਸੋ ਜਿੱਥੇ ਚਮਕੀਲਾ ਡੈਥ ਹੋਈ ਆ, ਸੋ ਆਪਾਂ ਉਹ ਦੇਖਣ ਚੱਲੇ ਹਾਂ ਅੱਜ। ਸੋ ਬਣੇ ਰਹੋ ਵਲੌਗ ਦੇ ਵਿੱਚ, ਲਾਸਟ ਤੱਕ ਜ਼ਰੂਰ ਦੇਖਿਓ। ਚੈਨਲ 'ਤੇ ਨਵੇਂ ਆ ਸਬਸਕ੍ਰਾਈਬ ਕਰ ਦਿਓ, ਅਤੇ ਚਮਕੀਲਾ ਫਿਲਮ ਆਈ ਸੀਗੀ ਸੋ ਉਹ ਦੇਖੀ ਸੀ, ਮੈਂ ਕਿਹਾ ਚੱਲ ਜਾ ਕੇ ਆਉਂਦੇ ਹਾਂ। ਸੋ ਬਣੇ ਰਹੋ ਵਲੌਗ ਦੇ ਵਿੱਚ, ਲਾਸਟ ਤੱਕ ਜ਼ਰੂਰ ਦੇਖਿਓ। ਸੋ ਹੁਣ ਹੈ ਨਾ ਅਸੀਂ ਜਾਂਦੇ ਪਏ ਹਾਂ। ਸਾਨੂੰ ਇੱਧਰ ਰਾਹ ਚੇਤਾ ਭੁੱਲ ਗਿਆ ਹੈਗਾ, ਹੁਣ ਪਤਾ ਨਹੀਂ ਅਸੀਂ ਕਿੱਧਰ ਨੂੰ ਜਾਂਦੇ ਪਏ ਹਾਂ। ਆਹ ਵਾਲਾ ਰਾਹ ਚੂਜ਼ ਕੀਤਾ ਆ, ਹੁਣ ਦੇਖਦੇ ਹਾਂ ਜੀ ਕਿੱਧਰੋਂ ਪਤਾ ਨਹੀਂ, ਹੁਣ ਰਾਹ ਦਾ ਤਾਂ ਪਤਾ ਨਹੀਂ ਯਾਰ, ਦੇਖਦੇ ਹਾਂ ਮੈਪ ਤੇ ਯਾਰ, ਨੈੱਟ ਹੈ ਨਹੀਂ ਫੋਨਾਂ ਦੇ ਵਿੱਚ ਯਾਰ, ਉੱਦਾਂ ਖੁੱਲੇ ਜਾਣੀ ਮੈਪ ਕਿਹੜਾ ਬਿਨਾ ਨੈੱਟ ਤੋਂ ਨਹੀਂ ਖੋਲਦਾ ਵੇ। ਉਹ ਨਾ ਇੱਥੇ ਤੂੰ ਮਾਮਾ ਪੂਰੀ ਕੰਮ ਕਰਾਉਂਗਾ, ਇੱਥੇ ਕਿਹੜਾ ਮਹੱਲੇ ਦਾ ਅੱਡੇ ਕਿੱਦਾਂ ਫਰਦੇ ਤੂੰ। ਚਲੋ ਯਾਰ ਦੇਖਦੇ ਹਾਂ, ਹੁਣ ਫੋਨ ਤੇ ਇੱਕ ਵਾਰੀ ਦੇਖਦੇ ਹਾਂ ਜੇ ਮੈਪ ਖੁੱਲ ਗਿਆ ਤਾਂ। ਐਨੂੰ ਜਾਣਾ, ਐਨੂੰ ਐਨੂੰ ਠੀਕ ਆ, ਰਾਹ ਤਾਂ ਸਾਨੂੰ ਪਤਾ ਨਹੀਂ, ਹੁਣ ਦੇਖਦੇ ਹਾਂ ਕਿੱਥੇ ਪਹੁੰਚਦੇ ਜਾ ਕੇ। ਚਲੋ ਆਹ ਰਾਹ ਆਪਾਂ ਮੁੜ ਕੇ ਗਏ ਸੀ, ਸੋ ਹੁਣ ਫਿਰ ਆਪਾਂ ਉੱਧਰੋਂ ਕਿੰਨੀ 8-10 ਕਿਲੋਮੀਟਰ ਨਾ ਘੁੰਮ ਕੇ ਆਏ ਹਾਂ। ਸੋ ਹੁਣ ਆਹ ਵਾਲੇ ਰਾਹ ਦਾ ਨਹੀਂ ਜਾਣਾ ਸੀਗਾ, ਅਤੇ ਉਹ ਮੂਹਰੇ ਸਾਡਾ ਪਿੰਡ ਸੀ ਯਾਰ, ਰਾਹ ਦਾ ਨਹੀਂ ਪਤਾ ਲੱਗਾ। ਉਹ ਚੱਲ ਭੁਲੇਖਾ ਪੈ ਜਾਂਦਾ ਯਾਰ, ਮੈਂ ਹੁਣ ਗੂਗਲ ਪੇ ਤੇ ਸੀ, ਹੁਣ ਅਸੀਂ ਮੈਪ ਤੇ ਦੇਖੀ ਆ ਤੇ ਹੁਣ ਸਾਨੂੰ ਰਾਹ ਪਤਾ ਲੱਗਾ। ਇਹਨੂੰ ਪਤਾ ਸੀਗਾ ਪਿੰਡ ਦਾ, ਇਹਨੂੰ ਪਹਿਲਾਂ ਮੈਂ ਦੱਸਿਆ ਨੀ, ਉਦੀ ਕਹੀ ਜਾਂਦਾ ਹੁਣ ਕਿੱਧਰ ਨੂੰ ਜਾਣਾ, ਸਿੱਧੇ ਹੀ ਲੈ ਜਾ ਇੱਧਰ ਨੂੰ ਲੈ ਉੱਧਰ ਨੂੰ ਲੈ। ਸੋ ਹੁਣ ਜਾਂਦੇ ਪਏ ਆ, ਰਾਹ ਮਿਲ ਗਿਆ ਆ। ਸੋ ਹੁਣ ਉੱਥੇ ਜਾ ਕੇ ਤੁਹਾਨੂੰ ਮਿਲਦੇ ਆ। ਸੋ ਬਾਹਲਾ ਯਾਰ ਆ ਦੂਜਾ ਹੋ ਗਿਆ, ਉੱਧਰ ਕਿੰਨਾ ਹੀ ਘੁੰਮ ਕੇ ਗਏ ਅਸੀਂ। ਚਲੋ ਕੋਈ ਗੱਲ ਨੀ, ਹੁੰਦਾ ਆਪਾਂ ਫਾਈਨਲੀ ਲੋਕੇਸ਼ਨ ਤੇ ਪਹੁੰਚ ਗਏ ਹਾਂ। ਸੋ ਮੈਂ ਤੁਹਾਨੂੰ ਦਿਖਾਉਂਦਾ ਲਕਸ਼ਮਣ ਹੌਲੀ ਰੱਖੀ ਹੋਏ, ਆਹ ਲੋਕੇਸ਼ਨ ਆ ਜੀ, ਤੁਹਾਨੂੰ ਆਹ ਆ ਬਾਹਰ ਆ ਜਾਂਦਾ ਹੈ ਜੀ, ਉਹ ਵਾਲਾ ਕੋਠਾ ਹੈ ਜੀ ਮਿੱਤਰੋ, ਉਹ ਕੋਠਾ ਆ ਐ ਜੀ ਲੈ ਚੱਲ। ਨਹੀਂ ਕੋਈ ਕਹਿੰਦਾ ਚੱਲ, ਉਹ ਚੱਲ ਭਰਾਵਾ ਚੱਲ 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 ਲੈ ਚੱਲ ਆ ਆ ਜੀ ਜਾਂਦਾ। ਸੋ ਹੁਣ ਆਪਾਂ ਆ ਜਾਂਦੇ ਪਏ ਹਾਂ ਜੀ, ਉਹ ਥਾਂ ਆ ਉਹ ਜਿਹੜੀ ਉਹ ਕੋਠਾ ਆ ਜਿੱਥੇ ਲਾਸਟ ਰੋਟੀ ਖਾਧੀ ਸੀ,
ਨਾਲ ਜਮਕੀਲਾ ਜੀ ਤੇ ਅਮਰਜੋਤ ਬੀਬੀ ਜੀ ਨੇ। ਸੋ ਹੁਣ ਆਪਾਂ ਚੱਲਦੇ ਪਏ ਹਾਂ ਜੀ, ਕੱਚਾ ਰਾਹ ਆ, ਚੱਲ ਵੀ ਮਿੱਤਰਾ ਆ ਚੈੱਕ ਕਰ ਸਕਦੇ ਤੁਸੀਂ। ਸੋ ਲਓ ਵੀ ਮਿੱਤਰੋ ਪਹੁੰਚ ਗਏ ਆਪਾਂ ਜੀ ਫਾਈਨਲੀ। ਸੋ ਇੱਥੇ ਸਕੂਟਰ ਲਾ ਦੇ, ਇੱਧਰ ਰਹਿੰਦੇ ਆ ਜੀ, ਥਾਂ ਥੂਆਂ ਚੱਲ ਲਾ ਦੇ ਇੱਥੇ ਸਕੂਟਰ। ਫਾਈਨਲੀ ਮਿੱਤਰੋ ਆਪਾਂ ਪਹੁੰਚ ਗਏ ਹਾਂ ਜੀ ਉਸ ਲੋਕੇਸ਼ਨ 'ਤੇ। ਆ ਜਾ ਆਹ ਮੇਰੇ ਨਾਲ ਦਾ ਬੰਦਾ ਯਾਰ ਡਰੀ ਜਾਂਦਾ। ਸੋ ਮੈਂ ਤੁਹਾਨੂੰ ਦਿਖਾਉਂਦਾ ਜੀ, ਆ ਆ ਜੀ ਉਹ ਕੋਠਾ। ਸੋ ਇੱਧਰ ਤਾਂ ਕੋਈ ਨਹੀਂ, ਆ ਪਾਤੀਆਂ ਪੁੱਤੀਆਂ ਜੀਆਂ ਪਈਆਂ। ਸੋ ਆ ਜੀ ਕੋਠਾ ਉੱਪਰ, ਆ ਜਾ ਜਲਦੀ, ਬਸ ਹਵਾ ਨਿਕਲ ਗਈ। ਸੋ ਹੁਣ ਉੱਪਰ ਨੂੰ ਚੱਲਦੇ ਹਾਂ ਜੀ। ਆ ਆ ਜੀ ਕੋਠਾ ਮਿੱਤਰੋ, ਤੁਸੀਂ ਦੇਖ ਸਕਦੇ ਜੀ ਅੰਦਰ ਕੁੰਡਾ ਤਾਂ ਖੁੱਲ੍ਹਾ ਆ, ਉਹ ਲਾਇਆ ਨਾ ਅੰਦਰ ਨਹੀਂ ਜਾਂਦੇ ਇਹ। ਆਇਆ ਇੱਧਰ ਨੂੰ। ਸੋ ਆਇਆ ਜੀ ਕੋਠਾ ਮਿੱਤਰੋ, ਜਿੱਥੇ ਇਹਨਾਂ ਲਾਸਟ ਰੋਟੀ ਖਾਧੀ ਸੀ ਉਹਨਾਂ ਨੇ, ਅਤੇ ਮੈਂ ਤੁਹਾਨੂੰ ਦਿਖਾ ਦਿੰਦਾ ਕਿੱਧਰ ਉਹ ਦੂਜਾ ਸੀਗਾ ਅਖਾੜਾ ਇਹਨਾਂ ਦਾ ਲਾਸਟ। ਸੋ ਉੱਤੇ ਆਹ ਦੇਖ ਲਓ ਇੱਧਰ ਲਿਖਿਆ। ਸੋ ਉਹ ਵਾਲੇ ਘਰ 'ਚ ਦੂਜਾ ਸੀਗਾ ਵਿਆਹ ਸੀ, ਲਾਸਟ ਅਖਾੜਾ ਉੱਥੇ ਸੀਗਾ। ਸੋ ਚਲੋ ਜੀ ਆਹ ਤੁਹਾਨੂੰ ਕੋਠਾ ਦਿਖਾ ਦਿੱਤਾ ਮੈਂ। ਆ ਵੀ ਮਿੱਤਰੋ ਹੁਣ ਆਪਾਂ ਅੰਦਰ ਤਾਂ ਯਾਰ ਉੱਥੇ ਲੱਗਾ ਸੀਗਾ, ਸੋ ਆਪਾਂ ਅੰਦਰ ਨਹੀਂ ਜਾਵਾਂਗੇ। ਸੋ ਬਸ ਹੁਣ ਆਪਾਂ ਇੱਥੋਂ ਚੱਲੀਏ, ਅਤੇ ਤੁਹਾਨੂੰ ਉੱਥੇ ਦਿਖਾ ਦਿੱਤਾ। ਸੋ ਉੱਪਰ ਦੀ ਕੋਠਾ ਅਤੇ ਚਲੋ ਯਾਰ ਉੱਧਰ ਨੂੰ ਚੱਲਦੇ ਹਾਂ। ਚੱਲ ਬਈ ਮਿੱਤਰ, ਮੈਂ ਥੰਬਨੇਲ ਲਈ ਫੋਟੋ ਖਿੱਚਣੀ ਸੀਗੀ, ਤੂੰ ਇੱਥੇ ਖੜ ਗਿਆ। ਵੀ ਸਕੂਟਰ ਸਟਾਰਟ 'ਤੇ ਚੱਲੀਏ ਯਾਰ, ਪਹਿਲਾਂ ਤਾਂ ਨਾ ਅਸੀਂ ਗਲਤ ਰਾਹ ਚੱਲ ਗਏ, ਹੁਣ ਕਿੰਨੀ ਦੂਰ ਨਾਲ ਚੱਲ ਗਏ। ਸੋ ਫਿਰ ਬਾਅਦ 'ਚੋਂ ਅਸੀਂ ਮੈਪ 'ਤੇ ਮਾੜਾ ਮੋਟਾ ਦਿਖਿਆ, ਨੈੱਟ ਤਾਂ ਹੈ ਨਹੀਂ ਸੀ ਫੋਨ ਦੇ ਵਿੱਚ, ਮਾੜਾ ਮੋਟਾ ਚੱਲਿਆ। ਸੋ ਚੱਲ ਬਈ ਫਾਈਨਲੀ ਆਪਾਂ ਪਹੁੰਚ ਗਏ ਜੀ, ਅਤੇ ਹੁਣ ਉੱਥੇ ਚੱਲਦੇ ਹਾਂ ਜੀ। ਉਹ ਆ ਜੀ ਜਿੱਥੇ ਲਾਸਟ ਤੁਹਾਨੂੰ ਦੱਸਿਆ ਜੀ ਆ ਵਿਆਹ, ਇੱਥੇ ਜਗ੍ਹਾ ਗਿਆ, ਮੈਨੂੰ ਤਾਂ ਬਿਠਾ ਲਾ ਭਰਾਵਾ। ਚੱਲ ਬਈ ਇੱਥੇ ਰਹਿੰਦੇ ਰੁਹਦੇ ਵੀ ਹੈ ਨਾ, ਪਸ਼ੂ ਪਸ਼ੂ ਰੱਖੇ ਆ, ਉਹ ਪੈ ਪੂ ਨਾ ਜਾਵੇ ਭਰਾਵਾ। ਚਲੋ ਜੀ ਉੱਪਰੋ ਅੱਜ ਲੈ ਵੀ ਮਿੱਤਰਾ ਗੱਡੀ ਗੁੱਡੀ ਨੂੰ ਅੰਦਰ ਲੈ ਕੇ ਜਾਵੇ ਹੈ ਨਾ, ਸਵਾਰ ਉੜਿਆ ਤੇ ਉਹ ਉੱਧਰ ਆਇਆ ਜੀ ਮਿੱਤਰੋ, ਜਿੱਥੇ ਲਾਸਟ ਪਿਆ ਸੀਗਾ ਇੱਥੇ ਗੋਲੀਆਂ ਵੱਜੀਆਂ ਸੀਗੀਆਂ ਜੀ, ਇੱਥੇ ਗੱਡੀ ਆ ਕੇ ਰੁਕੀ ਸੀਗੀ। ਆਹ ਥਾਂ ਆ ਜੀ ਜਿੱਥੇ ਮੈਂ ਫੋਟੋ ਲਾ ਦੂੰਗਾ, ਜਨਰਲ ਤੋਂ ਆਪਾਂ ਇਜਾਜ਼ਤ ਲੈ ਲਈ ਗਈ ਵੀਡੀਓ ਬਣਾ ਲਈਏ। ਸੋ ਆਹ ਹੀ ਥਾਂ ਆ ਜਿੱਥੇ ਨਾ ਗੋਲੀ ਵੱਜੀ ਸੀਗੀ, ਹੈ ਨਾ ਗੱਡੀ 'ਚ ਉਤਰੇ ਸੀਗੇ ਨਾਲੇ ਗੋਲੀਆਂ ਚੱਲ ਪਈਆਂ ਸੀ। ਸੋ ਇੱਥੇ ਹੀ ਸਟੇਜ ਲੱਗੀ ਸੀ, ਮੈਂ ਫੋਟੋ ਸਕਰੀਨ 'ਤੇ ਤੁਹਾਨੂੰ ਸ਼ੋਅ ਹੁੰਦੀ ਹੋਣੀ। ਸੋ ਇਹ ਫਿਲਮ ਦੇ ਵਿੱਚੋਂ ਸਕਰੀਨਸ਼ੋਟ ਲਿਆ ਜੀ, ਅਤੇ ਅੱਗੇ ਜਾ ਕੇ ਮੈਂ ਤੁਹਾਨੂੰ ਦਿਖਾਉਂਦਾ। ਇੱਥੇ ਸਟੇਜ ਲੱਗੀ ਸੀਗੀ ਅਤੇ ਆਹ ਤੁਸੀਂ ਦੇਖ ਸਕਦੇ ਹੋ, ਅਤੇ ਉਹ ਜਿਹੜਾ ਉਹ ਕਮਰਾ ਉੱਧਰ ਆ
ਉਹ ਦੇਖੋ ਸੋ ਜਿੱਥੇ ਲਾਸਟ ਰੋਟੀ ਖਾਧੀ ਸੀ ਉਹਨਾਂ ਨੇ ਅਤੇ ਇੱਧਰ 'ਚ ਹੀ ਆਏ ਸੀ ਉਹ ਇੱਧਰ 'ਚ ਹੀ ਸੋ ਇੱਥੇ ਗੱਡੀ ਖੜੀ ਸੀ ਉੱਥੇ ਵੱਜੀਆਂ ਸੀਗੀਆਂ ਗੋਲੀਆਂ ਅਤੇ ਬਸ ਮੈਂ ਤੁਹਾਨੂੰ ਇੱਧਰ ਅੱਗੇ ਆ ਕੇ ਦਿਖਾ ਦਿੰਦਾ ਅੰਦਰ ਤਾਂ ਉਹ ਦੇਖ ਸਕਦੇ ਤੁਸੀਂ ਜਿੰਦਾ ਲੱਗਾ ਆ ਪਰ ਫਿਰ ਵੀ ਸੋ ਹਿਸਟੋਰੀਕਲ ਪਲੇਸ ਆ ਨਾ ਦੇਖ ਲਓ ਜਦੋਂ ਬਣ ਗਈ ਅਤੇ ਇੱਥੇ ਨਾ ਸਟੇਜ ਲੱਗੀ ਸੀਗੀ ਅਤੇ ਆਹ ਰੰਗ ਤਾਂ ਨਵਾਂ ਹੀ ਲੱਗਦਾ ਹੈ ਨਾ ਕਿੱਦਾਂ ਹੁਣ ਕੀ ਹੈ ਉਹ ਫਿਲਮ ਸ਼ੂਟ ਹੋਈ ਹੋਣੀ ਕੀ ਪਤਾ ਉਦੋਂ ਕੀਤਾ ਹੋਣਾ ਸੋ ਇੱਧਰ ਜਿੰਦਾ ਲੱਗਾ ਯਾਰ ਅੰਦਰ ਤਾਂ ਆਪਾਂ ਨਹੀਂ ਜਾਵਾਂਗੇ ਸੋ ਆਹ ਤੁਹਾਨੂੰ ਦਿਖਾ ਦਿੱਤਾ ਅਤੇ ਇੱਧਰ ਅੰਦਰ ਮੈਂ ਤੁਹਾਨੂੰ ਦੇਖ ਆਹ ਤੁਸੀਂ ਦੇਖ ਸਕਦੇ ਹੋ ਅੰਦਰੋਂ ਬਸ ਇੱਦਾਂ ਦਾ ਆ ਅਤੇ ਬਸ ਆਇਆ ਜੀ ਥਾਂ ਉਹ ਅਤੇ ਬਸ ਕਿੰਨੀ ਨੂੰ ਡੈਥ ਹੋਈ ਸੀ 8 March 1988 ਨੂੰ ਕਰੇ ਡੈਥ ਹੋਈ ਸੀਗੀ ਉਹ ਦੇਖਿਆ ਸੀ ਜਾਂਦਾ ਅਤੇ ਬਸ ਆਪਾਂ ਉਹ ਜਗ੍ਹਾ ਦੇਖ ਲਈ ਆ ਯਾਰ ਪਹਿਲਾਂ ਕਹਿੰਦੇ ਦੇਖਾਂ ਜਾਵਾਂਗੇ ਜਾਵਾਂਗੇ ਫਿਲਮ ਦੇਖੀ ਸੀਗੀ ਹੈਂ ਕੀ ਹੋਇਆ ਕਿਹਦਾ ਫੋਨ ਸਨੈਪ ਬਣਾਉਂਦਾ ਚੱਲ ਯਾਰ ਥੰਬਨੇ ਲੈਣੇ ਸੀਗੇ 100 ਦਾ ਤੇਲ ਭਰਾਇਆ 100 ਦਾ ਸਾਰੇ ਲੱਗ ਗਿਆ ਹੁਣ ਮੈਨੂੰ ਤਾਂ ਚੱਲਦੀ ਵੇ ਸਾਲਿਆ ਸੋ ਚਲੋ ਯਾਰ ਥੰਬਨੇ ਥੰਬਨੇ ਲੈ ਲਈਏ ਹੁਣ ਤੁਹਾਨੂੰ ਯਾਰ ਦਿਖਾ ਥਾਂ ਜਿਹੜੀ ਇਹ ਸੀਗੀ ਹਿਸਟੋਰੀਕਲ ਪਲੇਸ ਬਣ ਗਈ ਦੇਖ ਲਓ ਅਤੇ ਉਹ ਕਮਰਾ ਹੈ ਠੀਕ ਆ ਵੀ ਮਿੱਤਰੋ ਸੋ ਹੁਣ ਆਪਾਂ ਚੱਲੇ ਹਾਂ ਜੀ ਘਰ ਨੂੰ ਟਾਈਮ ਹੋ ਗਿਆ ਰੁਕ ਜਾ ਯਾਰ ਮੜਾ ਜਾ ਘੜੀ ਵੱਜ ਆਹ ਚੱਲਦੀ ਨਹੀਂ ਟਾਈਮ ਯਾਰ 3:30 ਹੋ ਗਿਆ ਚੱਲ ਮੋੜ ਯਾਰ ਚੱਲੀਏ 3:30 ਹੋ ਗਿਆ ਦੇਖਦਾ ਕਿੱਦਾਂ ਚਲੋ ਕਿੰਨੇ ਵਜੇ ਆਏ ਆ ਆਪਾਂ 2 ਵਜੇ ਕਿ ਤੁਰੇ ਸੀਗੇ ਹੈ ਨਾ 2 ਕੁ ਵਜੇ 1:30 ਕੁ ਵਜੇ ਕਿੰਨਾ ਟਾਈਮ ਯਾਰ ਲੱਗ ਗਿਆ ਸੋ ਬਸ ਫਾਈਨਲੀ ਆਪਾਂ ਦੇਖ ਲਿਆ ਯਾਰ ਅਤੇ ਬਸ ਹੁਣ ਆਪਾਂ ਚੱਲੇ ਹਾਂ ਜੀ ਘਰ ਨੂੰ ਅਤੇ ਵਲੌਗ ਚੰਗਾ ਲੱਗਾ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਹੁਣ ਆਪਾਂ ਇੱਥੋਂ ਸਿੱਧਾ ਘਰ ਨੂੰ ਹੀ ਜਾਣਾ ਆ ਬਸ ਹੋਰ ਤਾਂ ਨਹੀਂ ਅਤੇ ਹੋਰ ਤਾਂ ਕੁਛ ਨਹੀਂ ਹੈਗਾ ਵੀ ਮਿੱਤਰਾ ਚੱਲੀਏ ਸਾਨੂੰ ਯਾਰ ਕਿੰਨੇ ਦਿਨਾਂ ਦਾ ਸਵਾਬੇ ਬਣਦਾ ਸੀ ਕਿ ਜਾ ਕੇ ਆਵਾਂਗੇ ਸੋ ਅੱਜ ਪੂਰਾ ਹੋ ਗਿਆ ਅਤੇ ਵਲੌਗ ਚੰਗਾ ਲੱਗਾ ਤਾਂ ਯਾਰ ਲਾਈਕ ਕਮੈਂਟ ਐਂਡ ਸ਼ੇਅਰ ਜ਼ਰੂਰ ਕਰਿਓ ਸੋ ਹੁਣ ਆਪਾਂ ਇੱਥੋਂ ਸਿੱਧਾ ਘਰ ਨੂੰ ਹੀ ਜਾਣਾ ਆ ਅਤੇ ਆਪਣਾ ਮੈਨੂੰ ਕੀ ਖਾਣਾ ਤਾਂ ਦੱਸ ਵਾਈਟ ਸਾਸ ਪਾਸਤਾ ਚੱਲ ਖਿਲਾ ਦਿੰਦੇ ਹਾਂ ਅਗਲੇ ਵਲੌਗ 'ਚ ਚੰਗਾ ਸੋ ਚਲੋ ਜੀ ਮਿੱਤਰੋ ਆਹ ਵਾਲਾ ਵਲੌਗ ਚੰਗਾ ਲੱਗਾ ਤਾਂ ਲਾਈਕ ਕਮੈਂਟ ਐਂਡ ਸ਼ੇਅਰ ਜ਼ਰੂਰ ਕਰ ਦਿਓ ਸੋ ਕੁਛ ਜੇ ਨਵੀਂ ਚੀਜ਼ ਦੇਖੀ ਆ ਤਾਂ ਇੱਦਾਂ ਅਗਲੇ ਵਲੌਗਾਂ 'ਚ ਦੇਖਣ ਲਈ ਬੋਲੀ ਜਾਂਦਾ ਯਾਰ ਮੈਨੂੰ ਪਤਾ ਹੀ ਆ ਵੀ ਮਿੱਤਰੋ ਹੁਣ ਆਪਾਂ ਆਏ ਜੀ ਖਾਣ ਪੀਣ ਕਰਾਇਆ ਆ ਗਏ ਪਹੁੰਚ ਗਏ ਜੀ ਕਰਾਇਆ ਉੱਥੋਂ ਚੱਕ ਸਟਿੰਗ ਬਈ ਹੁਣ ਆਪਾਂ ਕਰਾਇਆ ਜੀ ਇੱਕ ਨੂਡਲ ਬਰਗਰ ਇੱਕ ਸੈਲਡ ਬਰਗਰ ਬਸ ਮੈਂ ਕਿਹਾ ਕੁੱਖ ਖਿਲਾ ਕੇ ਚੱਲ ਜਾਈਏ ਖਾ ਕੇ ਵੀ ਮਿੱਤਰੋ ਆਪਣਾ ਆ ਗਿਆ ਜੀ ਬਰਗਰ ਨੂਡਲ ਵਾਲੇ ਇੱਧਰ ਨੂੰ ਕਰਤੇ ਤੁਸੀਂ ਡਾਈਟ ਵਾਲੇ ਬੰਦੇ ਭਾਜੀ ਆ ਇੱਧਰ ਨੂੰ ਕਰਤੇ ਸੋ ਖਾਂਦੇ ਹਾਂ ਹੁਣ ਅਤੇ ਪੀਂਦੇ ਹਾਂ ਅਤੇ ਫਿਰ ਚੱਲਦੇ ਲੋ ਵੀ ਮਿੱਤਰੋ ਹੁਣ ਆਪਾਂ ਚੱਲੇ ਹਾਂ ਜੀ ਘਰ ਨੂੰ ਸੋ ਵਲੌਗ ਚੰਗਾ ਲੱਗਾ ਤਾਂ ਲਾਈਕ ਕਮੈਂਟ ਐਂਡ ਸ਼ੇਅਰ ਜ਼ਰੂਰ ਕਰ ਦਿਓ ਸੋ ਚਲੋ ਫਿਰ ਮਿਲਦੇ ਹਾਂ ਤੁਹਾਨੂੰ ਇੱਦਾਂ ਹੀ ਅਗਲੇ ਵਲੌਗ ਦੇ ਵਿੱਚ ਅਤੇ ਟਿਲ ਦੈਨ ਥੈਂਕਸ ਫੋਰ ਵਾਚਿੰਗ ਰੱਬ ਰਾਖਾ
ਮਿਲਦੇ ਅਗਲੇ ਵਲੌਗ ਸੇ ਠੋਕ ਦੀ ਮਾਂ ਕਾਲ ਕਰ ਦਬਾ ਕੇ ਲੈ ਕੇ ਸੇ ਠੋਕ ਲੀਜੇ।